ਗੁੱਡ ਮਾਰਨਿੰਗ ਸਟੂਡੈਂਟਸ ਬੱਚੋ ਤੁਸੀਂ ਪਾਠ 2 ਨੂੰ ਪਹਿਲਾਂ ਹੀ ਚੰਗੀ ਤਰ੍ਹਾਂ ਸਟੱਡੀ ਕਰ ਚੁੱਕੇ ਹੋ ਤੇ ਹੁਣ ਵਾਰੀ ਹੈ ਪਾਠ 2 ਦੇ ਪਿਛਲੇ ਅਭਿਆਸ ਨੂੰ ਕਰਨ ਦੀ ਚਲੋ ਸ਼ੁਰੂ ਕਰਦੇ ਹਾਂ ਪਾਠ 2 ਦੇ ਪਿਛਲੇ ਅਭਿਆਸ ਵਿੱਚ ਸਭ ਤੋਂ ਪਹਿਲਾਂ ਹੈ ਖਾਲੀ ਥਾਂਵਾਂ ਬੱਚੋ ਖਾਲੀ ਥਾਂਵਾਂ ਵਿੱਚ ਸਭ ਤੋਂ ਪਹਿਲੀ ਖਾਲੀ ਥਾਂ ਹੈ ਵਿੰਡੋਜ਼ ਐਕਸਪਲੋਰਰ ਦੇ ਦੋ ਪੇਨ ਹੁੰਦੇ ਹਨ ਇਹੀ ਹਨ ਡੈਸ਼ ਅਤੇ ਡੈਸ਼ ਉੱਤਰ ਹੈ ਸੱਜਾ ਅਤੇ ਖੱਬਾ ਦੂਸਰਾ ਹੈ ਡੈਸ਼ 뷰 ਇੱਕ ਫਾਈਲ ਦਾ ਸਾਈਜ਼ ਕਿਸਮ ਅਤੇ ਸੋਧਨ ਦੀ ਮਿਤੀ ਦੱਸਦਾ ਹੈ ਆਨਸਰ ਹੈ ਡਿਟੇਲ ਤੀਸਰਾ ਹੈ ਡੈਸ਼ ਆਪਸ਼ਨ ਦੀ ਵਰਤੋਂ ਫਾਈਲਾਂ ਅਤੇ ਫੋਲਡਰਾਂ ਨੂੰ ਲੱਭਣ ਲਈ ਕੀਤੀ ਜਾਂਦੀ ਹੈ ਆਨਸਰ ਹੈ ਸਰਚ ਕੈਲਕੂਲੇਟਰ ਨੂੰ ਰਨ ਬਾਕਸ ਵਿੱਚ ਡੈਸ਼ ਟਾਈਪ ਕਰਕੇ ਖੋਲ੍ਹਿਆ ਜਾਂਦਾ ਹੈ ਸੀ ਏ ਐਲ ਸੀ ਕੈਲਸੀ ਡੈਸ਼ ਕਮਾਂਡ ਦੀ ਵਰਤੋਂ ਕਿਸੇ ਆਈਟਮ ਨੂੰ ਉਸ ਦੀ ਥਾਂ ਤੋਂ ਕੱਟਣ ਲਈ ਕੀਤੀ ਜਾਂਦੀ ਹੈ ਉੱਤਰ ਹੈ ਕੱਟ ਅੱਗੇ ਹੈ ਸਹੀ ਗਲਤ ਸਭ ਤੋਂ ਪਹਿਲਾਂ ਹੈ ਵਿੰਡੋਜ਼ ਐਕਸਪਲੋਰਰ ਦੀ ਵਰਤੋਂ ਫਾਈਲਾਂ ਦਾ ਉਚਿਤ ਪ੍ਰਬੰਧ ਕਰਨ ਲਈ ਕੀਤੀ ਜਾਂਦੀ ਹੈ ਸਹੀ ਇੱਕ ਫਾਈਲ ਵਿੱਚ ਕਈ ਫਾਈਲਾਂ ਅਤੇ ਫੋਲਡਰ ਆ ਸਕਦੇ ਹਨ ਗਲਤ ਵਿੰਡੋਜ਼ ਐਕਸਪਲੋਰਰ ਨੂੰ ਖੋਲਣ ਦਾ ਤਰੀਕਾ ਹੈ ਵਿੰਡੋਜ਼ ਕੀ ਪਲੱਸ ਆਰ ਦਬਾਓ ਰਨ ਬਾਕਸ ਵਿੱਚ ਐਕਸਪਲੋਰਰ ਟਾਈਪ ਕਰੋ ਸਹੀ ਵਿੰਡੋਜ਼ ਐਕਸਪਲੋਰਰ ਇੱਕ ኦਪਰੇਟਿੰਗ ਸਿਸਟਮ ਹੈ ਨਹੀਂ ਕਾਪੀ ਆਪਸ਼ਨ ਦੀ ਵਰਤੋਂ ਕਿਸੇ ਆਈਟਮ ਦੀ ਡੁਪਲੀਕੇਟ ਬਣਾਉਣ ਲਈ ਕੀਤੀ ਜਾਂਦੀ ਹੈ ਸਹੀ ਬੱਚੋ ਅੱਗੇ ਹੈ ਛੋਟੇ ਪ੍ਰਸ਼ਨ ਸਭ ਤੋਂ ਪਹਿਲਾ ਪ੍ਰਸ਼ਨ ਹੈ ਵਿੰਡੋਜ਼ ਐਕਸਪਲੋਰਰ ਦੇ ਕਿੰਨੇ ਪੇਨ ਹੁੰਦੇ ਹਨ ਉਹਨਾਂ ਦੇ ਨਾਮ ਲਿਖੋ ਉੱਤਰ ਹੈ ਵਿੰਡੋਜ਼ ਐਕਸਪਲੋਰਰ ਦੇ ਦੋ ਪੇਨ ਹੁੰਦੇ ਹਨ ਪਹਿਲਾ ਖੱਬਾ ਪੇਨ ਤੇ ਦੂਜਾ ਸੱਜਾ ਪੇਨ ਅਗਲਾ ਪ੍ਰਸ਼ਨ ਹੈ ਵਿੰਡੋਜ਼ ਐਕਸਪਲੋਰਰ ਦੇ ਪਾਗਾਂ ਦੀ ਸੂਚੀ ਬਣਾਓ। ਵਿੰਡੋਜ਼ ਐਕਸਪਲੋਰਰ ਦੇ ਪਾਗਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ। ਟਾਈਟਲ bar, ਬੈਕ ਅਤੇ ਫਾਰਵਰਡ ਬਟਨ, ਐਡਰੈਸ bar, ਸਰਚ ਬਾਕਸ, ਮੀਨੂ bar, ਟੂਲ bar ਅਤੇ ਸਟੇਟਸ bar। ਤੀਸਰਾ ਕੁਐਸਚਨ ਹੈ ਕੀਬੋਰਡ ਦੀ ਮਦਦ ਨਾਲ ਅਸੀਂ ਨਵਾਂ ਫੋਲਡਰ ਕਿਵੇਂ ਬਣਾ ਸਕਦੇ ਹਾਂ? ਉੱਤਰ ਹੈ ਵਿੰਡੋਜ਼ ਵਿੱਚ ਅਸੀਂ ਕੀਬੋਰਡ ਦੀ ਮਦਦ ਨਾਲ ਵੀ ਨਵਾਂ ਫੋਲਡਰ ਬਣਾ ਸਕਦੇ ਹਾਂ ਕੀਬੋਰਡ ਰਾਹੀਂ ਨਵਾਂ ਫੋਲਡਰ ਬਣਾ ਲਈ ਸਭ ਤੋਂ ਪਹਿਲਾਂ ਉਸ ਜਗ੍ਹਾ ਤੇ ਜਾਓ ਜਿੱਥੇ ਤੁਸੀਂ ਫੋਲਡਰ ਬਣਾਉਣਾ ਹੈ ਫਿਰ ਹੈਟਾਂ ਦਿੱਤੀਆਂ ਕੀਜ਼ ਨੂੰ ਦਬਾਓ ਕੰਟਰੋਲ ਪਲੱਸ ਸ਼ਿਫਟ ਪਲੱਸ ਐਨ ਅਗਲਾ ਪ੍ਰਸ਼ਨ ਹੈ ਕਾਪੀ ਅਤੇ ਪੇਸਟ ਆਪਸ਼ਨ ਦੀ ਵਰਤੋਂ ਨਾਲ ਕਿਸੇ ਆਈਟਮ ਨੂੰ ਕਿਵੇਂ ਕਾਪੀ ਕਰ ਸਕਦੇ ਹਾਂ ਉੱਤਰ ਹੈ ਕਾਪੀ ਅਤੇ ਪੇਸਟ ਆਪਸ਼ਨ ਦੀ ਵਰਤੋਂ ਨਾਲ ਅਸੀਂ ਕਿਸੇ ਆਈਟਮ ਨੂੰ ਕਾਪੀ ਕਰਨ ਦੇ ਸਟੈਪ ਹੇਠ ਲਿਖੇ ਅਨੁਸਾਰ ਹਨ ਜਿਸ ਆਈਟਮ ਨੂੰ ਕਾਪੀ ਕਰਨਾ ਹੈ ਉਸ ਨੂੰ ਸਿਲੈਕਟ ਕਰੋ ਐਡਿਟ ਮੀਨੂ ਵਿੱਚ ਕਾਪੀ ਆਪਸ਼ਨ ਤੇ ਕਲਿੱਕ ਕਰੋ ਆਈਟਮ ਕਾਪੀ ਹੋ ਜਾਵੇਗੀ ਆਈਟਮ ਨੂੰ ਪੇਸਟ ਕਰਨ ਲਈ ਨਵੀਂ ਥਾਂ ਨਿਰਧਾਰਿਤ ਕਰੋ ਐਡਿਟ ਮੀਨੂ ਵਿੱਚ ਹੀ ਪੇਸਟ ਆਪਸ਼ਨ ਤੇ ਕਲਿੱਕ ਕਰੋ ਤੁਹਾਡੀ ਫਾਈਲ ਨਵੀਂ ਥਾਂ ਤੇ ਪੇਸਟ ਹੋ ਜਾਵੇਗੀ। ਅਗਲਾ ਛੋਟਾ ਪ੍ਰਸ਼ਨ ਹੈ ਸਕਰੀਨ ਸੇਵਰ ਬਾਰੇ ਦੱਸੋ। ਸਕਰੀਨ ਸੇਵਰ ਇੱਕ ਸੌਫਟਵੇਅਰ ਪ੍ਰੋਗਰਾਮ ਹੁੰਦਾ ਹੈ ਜੇਕਰ ਕੰਪਿਊਟਰ ਕੁਝ ਖਾਸ ਸਮੇਂ ਲਈ ਬਿਨਾ ਵਰਤੇ ਚੱਲਦਾ ਰਹੇ ਤਾਂ ਸਕਰੀਨ ਸੇਵਰ ਆਪਣੇ ਆਪ ਚੱਲ ਪੈਂਦਾ ਹੈ। ਸਕਰੀਨ ਸੇਵਰ ਆਮ ਤੌਰ ਤੇ ਐਨੀਮੇਟਿਡ ਮਤਲਬ ਚਲਦੀਆਂ ਫਿਰਦੀਆਂ ਤਸਵੀਰਾਂ ਹੁੰਦੀਆਂ ਹਨ। ਸਕਰੀਨ ਸੇਵਰ ਨੂੰ ਮੋਨੀਟਰ ਦੀ ਫਾਸਫੋਰਸ ਕੋਟਿੰਗ ਨੂੰ ਸੜਨ ਤੋਂ ਬਚਾਉਣ ਲਈ ਬਣਾਇਆ ਗਿਆ ਹੈ। ਬੱਚੋ ਅੱਗੇ ਹੈ ਵੱਡੇ ਪ੍ਰਸ਼ਨ ਸਭ ਤੋਂ ਪਹਿਲਾ ਵੱਡਾ ਪ੍ਰਸ਼ਨ ਹੈ ਵਿੰਡੋਜ਼ ਐਕਸਪਲੋਰਰ ਕੀ ਹੈ ਵਿੰਡੋ ਐਕਸਪਲੋਰਰ ਨੂੰ ਖੋਲਣ ਦੇ ਸਟੈਪ ਲਿਖੋ ਉੱਤਰ ਹੈ ਵਿੰਡੋਜ਼ ਐਕਸਪਲੋਰਰ ਨੂੰ ਫਾਈਲ ਐਕਸਪਲੋਰਰ ਵੀ ਕਿਹਾ ਜਾਂਦਾ ਹੈ ਇਹ ਵਿੰਡੋਜ਼ ኦਪਰੇਟਿੰਗ ਸਿਸਟਮ ਦੀ ਇੱਕ ਮਹੱਤਵਪੂਰਨ ਐਪਲੀਕੇਸ਼ਨ ਹੈ ਇਸ ਦੇ ਵਰਤੋਂ ਕੰਪਿਊਟਰ ਵਿੱਚ ਮੌਜੂਦ ਡਰਾਈਵਜ਼ ਫਾਈਲਾਂ ਅਤੇ ਫੋਲਡਰਸ ਨੂੰ ਦੇਖਣ ਲਈ ਕੀਤੀ ਜਾਂਦੀ ਹੈ ਵਿੰਡੋਜ਼ ਐਕਸਪਲੋਰਰ ਨੂੰ ਖੋਲਣ ਦਾ ਤਰੀਕਾ ਹੈ ਵਿੰਡੋਜ਼ ਕੀ ਪਲੱਸ ਆਰ ਬਟਨ ਇਕੱਠੇ ਦਬਾਓ ਰਨ ਬਾਕਸ ਖੁੱਲੇਗਾ ਇਸ ਵਿੱਚ ਐਕਸਪਲੋਰਰ ਟਾਈਪ ਕਰੋ ਓਕੇ ਬਟਨ ਤੇ ਕਲਿੱਕ ਕਰੋ ਦੂਸਰਾ ਪ੍ਰਸ਼ਨ ਹੈ ਵਿੰਡੋਜ਼ ਐਕਸਪਲੋਰਰ ਦੇ ਵੱਖਰੇ ਵੱਖਰੇ 뷰 ਲਿਖੋ ਉੱਤਰ ਹੈ ਵਿੰਡੋਜ਼ ਐਕਸਪਲੋਰਰ ਵਿੱਚ ਮੌਜੂਦ ਫਾਈਲ ਫੋਲਡਰ ਅਤੇ ਡਰਾਈਵਸ ਨੂੰ ਦੇਖਣ ਦੇ ਕਈ ਤਰੀਕੇ ਹਨ ਜਿਨ੍ਹਾਂ ਨੂੰ ਵਿੰਡੋਜ਼ ਐਕਸਪਲੋਰਰ ਦੇ ਵਿਊਜ਼ ਕਿਹਾ ਜਾਂਦਾ ਹੈ ਇਹ ਵਿਊਜ਼ ਵੱਖ-ਵੱਖ ਤਰ੍ਹਾਂ ਦੇ ਹੁੰਦੇ ਹਨ ਨੰਬਰ 1 স্মॉल ਆਈਕਨ 뷰 మీడియం ਆਈਕਨ 뷰 ਲਾਰਜ ਆਈਕਨ 뷰 ਐਕਸਟਰਾ ਲਾਰਜ ਆਈਕਨ 뷰 ਟਾਈਲਸ ਆਈਕਨ 뷰 ਲਿਸਟ ਆਈਕਨ 뷰 ਡਿਟੇਲ ਆਈਕਨ 뷰 ਅਤੇ ਕੰਟੈਂਟ ਆਈਕਨ 뷰 ਅਗਲਾ ਪ੍ਰਸ਼ਨ ਹੈ ਸੈਂਡ ਟੂ ਆਪਸ਼ਨ ਦੀ ਵਰਤੋਂ ਕਰਕੇ ਕਿਸੇ ਆਈਟਮ ਨੂੰ ਕਿਵੇਂ ਕਾਪੀ ਕਰ ਸਕਦੇ ਹਾਂ ਉੱਤਰ ਹੈ ਸੈਂਡ ਟੂ ਆਪਸ਼ਨ ਆਈਟਮਸ ਨੂੰ ਨਵੀਂ ਥਾਂ ਉੱਤੇ ਕਾਪੀ ਕਰਨ ਦਾ ਸੌਖਾ ਤਰੀਕਾ ਹੈ ਸੈਂਡ ਟੂ ਆਪਸ਼ਨ ਦੀ ਵਰਤੋਂ ਨਾਲ ਕਿਸੇ ਆਈਟਮ ਨੂੰ ਕਾਪੀ ਕਰਨ ਦੇ ਸਟੈਪ ਹੇਠ ਲਿਖੇ ਅਨੁਸਾਰ ਹਨ ਜਿਸ ਆਈਟਮ ਨੂੰ ਕਾਪੀ ਕਰਨਾ ਹੈ ਉਸ ਦੀ ਚੋਣ ਕਰੋ ਚੋਣ ਕੀਤੀ ਆਈਟਮ ਉੱਪਰ ਮਾਊਸ ਨਾਲ ਰਾਈਟ ਕਲਿਕ ਕਰੋ ਪ੍ਰੋਪਰਟੀਆਂ ਮੀਨੂ ਵਿੱਚੋਂ ਸੈਂਡ ਟੂ ਆਪਸ਼ਨ ਤੇ ਕਲਿੱਕ ਕਰੋ ਨਵੇਂ ਖੁੱਲੇ ਸਬ ਮੀਨੂ ਵਿੱਚੋਂ ਉਸ ਥਾਂ ਦੀ ਚੋਣ ਕਰੋ ਜਿੱਥੇ ਆਈਟਮ ਨੂੰ ਕਾਪੀ ਕਰਨਾ ਹੈ ਚੌਥਾ ਵੱਡਾ ਪ੍ਰਸ਼ਨ ਹੈ ਬੈਕਗ੍ਰਾਉਂਡ ਬਦਲਣ ਦੇ ਸਟੈਪ ਲਿਖੋ ਬੈਕਗ੍ਰਾਉਂਡ ਬਦਲਣ ਦੇ ਸਟੈਪ ਹੇਠਾਂ ਲਿਖੇ ਅਨੁਸਾਰ ਹੈ ਡੈਸਕਟਾਪ ਦੇ ਖਾਲੀ ਪਾਗ ਵਿੱਚ ਮਾਊਸ ਨਾਲ ਰਾਈਟ ਕਲਿੱਕ ਕਰੋ ਪਰਸਨਲਾਈਜ਼ ਆਪਸ਼ਨ ਤੇ ਕਲਿੱਕ ਕਰੋ ਪਰਸਨਲਾਈਜ਼ ਡਾਇਲੌਗ ਬਾਕਸ ਖੁੱਲੇਗਾ ਇਸ ਵਿੱਚ ਡੈਸਕਟਾਪ ਬੈਕਗ੍ਰਾਉਂਡ ਆਪਸ਼ਨ ਤੇ ਕਲਿੱਕ ਕਰੋ ਪਸੰਦ ਅਨੁਸਾਰ ਤਸਵੀਰ ਦੀ ਚੋਣ ਕਰੋ ਸੇਵ ਚੇਂਜਸ ਬਟਨ ਤੇ ਕਲਿੱਕ ਕਰੋ ਆਖਰੀ ਪ੍ਰਸ਼ਨ ਹੈ ਹੇਠ ਲਿਖਿਆਂ ਦੀ ਵਿਆਖਿਆ ਕਰੋ ਸਭ ਤੋਂ ਪਹਿਲਾਂ ਰਨ ਕਮਾਂਡ ਰਨ ਕਮਾਂਡ ਵਿੰਡੋਜ਼ ਆਪਰੇਟਿੰਗ ਸਿਸਟਮ ਦੀ ਇੱਕ ਮਹੱਤਵਪੂਰਨ ਐਪਲੀਕੇਸ਼ਨ ਹੈ ਇਸ ਦੀ ਵਰਤੋਂ ਕਿਸੇ ਪ੍ਰੋਗਰਾਮ ਨੂੰ ਸਿੱਧੇ ਤੌਰ ਤੇ ਚਲਾਉਣ ਲਈ ਕੀਤੀ ਜਾਂਦੀ ਹੈ रन कमांड चलाਉਣ ਲਈ ਵਿੰਡੋਜ਼ ਕੀ ਪਲੱਸ r ਕੀ ਦਬਾਓ ਅਗਲਾ ਹੈ ਸਰਚ ਕਮਾਂਡ ਸਰਚ ਕਮਾਂਡ ਵਿੰਡੋਜ਼ ኦਪਰੇਟਿੰਗ ਸਿਸਟਮ ਦੀ ਇੱਕ ਮਹੱਤਵਪੂਰਨ ਐਪਲੀਕੇਸ਼ਨ ਹੈ ਇਸ ਦੀ ਵਰਤੋਂ ਕਿਸੇ ਫਾਈਲ ਜਾਂ ਫੋਲਡਰ ਨੂੰ ਆਸਾਨੀ ਨਾਲ ਲੱਭਣ ਲਈ ਕੀਤੀ ਜਾਂਦੀ ਹੈ ਸਰਚ ਕਰਨ ਲਈ ਵਿੰਡੋਜ਼ ਐਕਸਪਲੋਰਰ ਵਿੱਚ ਸਰਚ ਬਾਕਸ ਦੀ ਵਰਤੋਂ ਕੀਤੀ ਜਾਂਦੀ ਹੈ ਅੱਗੇ ਹੈ ਕੈਲਕੂਲੇਟਰ ਕੈਲਕੂਲੇਟਰ ਵਿੰਡੋਜ਼ ኦਪਰੇਟਿੰਗ ਸਿਸਟਮ ਦੀ ਇੱਕ ਮਹੱਤਵਪੂਰਨ ਐਪਲੀਕੇਸ਼ਨ ਹੈ ਇਹ ਆਮ ਕੈਲਕੂਲੇਟਰ ਦੀ ਤਰ੍ਹਾਂ ਹੁੰਦਾ ਹੈ ਇਸ ਦੀ ਵਰਤੋਂ ਗਣਨਾਵਾਂ ਕਰਵਾਉਣ ਲਈ ਕੀਤੀ ਜਾਂਦੀ ਹੈ ਰਨ ਬਾਕਸ ਵਿੱਚ ਕੈਲਸੀ ਟਾਈਪ ਕਰਕੇ ਕੈਲਕੂਲੇਟਰ ਨੂੰ ਖੋਲ੍ਹਿਆ ਜਾ ਸਕਦਾ ਹੈ ਬੱਚੋ ਉਮੀਦ ਹੈ ਤੁਹਾਨੂੰ ਪਾਠ 2 ਦਾ ਪਿਛਲਾ ਵਿਆਸ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਹੁਣ ਤੁਸੀਂ ਇਸ ਨੂੰ ਆਪਣੀ ਕਾਪੀਆਂ ਤੇ ਆਸਾਨੀ ਨਾਲ ਲਿਖ ਸਕਦੇ ਹੋ